ਹਵਾ ਪਾਪ ਤੇ ਜ਼ੁਲਮ ਦੀ ਵਗ ਰਹੀ ਸੀ। ਹਵਾ ਪਾਪ ਤੇ ਜ਼ੁਲਮ ਦੀ ਵਗ ਰਹੀ ਸੀ, ਸ਼ਮਾ ਝੂਠ ਪਖੰਡ ਦੀ ਜਗ ਰਹੀ ਸੀ। ਧਰਤੀ ਰੋ ਰੋ ਅੱਥਰੂ ਕੇਰ ਉੱਠੀ, ਫਿਰ ਬੰਬ ਮਾਰ ਕੇ ਅੰਬਰ ਰੋਇਆ, ਤਾਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਾਨੂੰ। ਬੋਲੇ ਸੋਨਿਆ ਜਿਸ ਵਿਅਕਤੀ ਨੂੰ ਲਗਭਗ ਕਦੇ ਸਾਰਾ ਪੰਜਾਬ ਜਾਣਦਾ ਸੀ, ਉਹਦੇ ਗੀਤਾਂ ਨੂੰ, ਉਹਦੀ ਕਲਮ ਨੂੰ, ਉਹਦੀ ਅਦਾਕਾਰੀ ਨੂੰ, ਅੱਜ 30 ਲੱਖ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਬਿਰਧ ਅਵਸਥਾ ਵਿੱਚ ਇਕੱਲਾ ਸੁਨਮ ਸੁੰਨਾ ਫਿਕਰੀ ਲਿਬਾਸ ਵਿੱਚ ਤੁਰਦਾ ਫਿਰਦਾ ਤੁਹਾਨੂੰ ਇੱਕ ਮਨੁੱਖ ਨਜ਼ਰ ਆਏਗਾ, ਜਿਹੜਾ 30 ਗਜ਼ ਦੇ ਛੋਟੇ ਜਿਹੇ ਮਕਾਨ, ਜਿਹੜਾ ਝੌਂਪੜੀ ਵਰਗਾ ਹੈ, 138 ZG ਰਿਸ਼ੀ ਨਗਰ ਲੁਧਿਆਣਾ, ਉਹਦੇ 'ਚ ਰਹਿੰਦਾ। ਮੈਨੂੰ ਸੁਭਾਗ ਹੈ ਕਿ ਮੈਂ ਉਹਨਾਂ ਦੀ ਗੱਲਬਾਤ ਕਰਵਾ ਰਿਹਾ, ਜਿਨ੍ਹਾਂ ਦਾ ਨਾਂ ਹੈ ਜਨਾਬ ਸਨਮੁਖ ਸਿੰਘ ਆਜ਼ਾਦ। ਆਜ਼ਾਦ ਸਾਹਿਬ, ਤੁਸੀਂ ਕਦੋਂ ਤੋਂ ਲੁਧਿਆਣੇ ਆਏ? ਲੁਧਿਆਣੇ ਆਏ ਨੂੰ ਮੈਨੂੰ ਕਾਫੀ ਅਰਸਾ ਹੋ ਗਿਆ। ਮੈਂ ਆਪਣੇ ਚਾਚਾ ਜੀ ਨਾਲ ਆ ਗਿਆ ਸੀ, ਉਹ ਫੌਜ ਵਿੱਚ ਸਨ। ਮੈਂ 1940 'ਚ ਇੱਧਰ ਆ ਗਿਆ ਸੀ, ਫਿਰ ਚਲਾ ਗਿਆ ਉਹਨਾਂ ਦੇ ਨਾਲ ਹੀ, ਜਿੱਥੇ ਉਹਨਾਂ ਦੀ ਫੌਜ ਦੀ ਬਦਲੀ ਹੁੰਦੀ ਸੀ ਉਹਨਾਂ ਨਾਲ ਹੀ ਰਹਿੰਦਾ ਸੀ। ਮੈਂ ਚਾਚੇ ਕੋਲ ਆਪਣੀ ਨਾਨੀ ਕੋਲ ਰਹਿੰਦਾ ਸੀ, ਆਪਣੀ ਮਾਂ ਕੋਲ ਘੱਟ ਰਿਹਾ। ਔਰ ਲਿਖਣ ਦਾ ਸ਼ੌਕ ਮੇਰਾ, ਪਹਿਲਾਂ ਤਾਂ ਮੈਂ ਖਾਨਦਾਨੀ ਰਾਈਟਰ ਹਾਂ, ਮੇਰੇ ਬਾਪ ਦਾਦਾ ਸਾਰੇ ਲਿਖਾਰੀ ਆਏ ਹੈ। ਸਾਡੇ ਖੂਨ ਦੇ ਵਿੱਚ ਐਸਾ ਅੰਸ ਹੈ ਕਿ ਸ਼ਾਇਰੀ ਉਗਰਦੀ ਹੈ। ਵੈਸੇ ਮੈਂ ਸਫਰੀ ਸਾਹਿਬ ਦਾ ਸ਼ਾਗਿਰਦ ਹਾਂ, ਚਰਨ ਸਿੰਘ ਸਫਰੀ ਦਾ। ਮੇਰੇ ਕਾਫੀ ਸ਼ਾਗਿਰਦ ਹਨ, ਮਾਕੂਲ ਤਰੀਮ ਹੈ ਮੇਰੇ ਕੋਲ, ਕੋਈ ਇੰਨਾ ਜ਼ਿਆਦਾ ਵੀ ਮੈਂ ਪੜ੍ਹਿਆ ਵੀ ਨਹੀਂ ਹੈਗਾ, ਫਿਰ ਵੀ ਆਪਣੀ ਕਲਮ ਨੂੰ ਆਪਣੇ ਹੌਸਲੇ ਨਾਲ ਚਲਾ ਰਿਹਾ ਹਾਂ। ਲਿਖਦਾ ਰਹੋ ਡੇਲੀ ਹਾਂ, ਕਾਫੀ ਲਿਖ ਚੁੱਕਿਆ ਹਾਂ। ਔਰ ਪਾਕਿਸਤਾਨ ਦੇ ਚੁਨੀਦਾ ਜਿਹੜੇ ਗਾਇਕ ਹੈ, ਜਿਹੜੇ ਐਕਸਪਾਇਰ ਵੀ ਹੋ ਗਏ, ਉਹਨਾਂ ਨੇ ਵੀ ਮੇਰੇ ਕਲਾਮ ਨੂੰ ਗਾਇਆ। ਮੈਂ ਆਜ਼ਾਦ ਸਾਹਿਬ ਤੁਹਾਨੂੰ ਪੁੱਛਦਾ ਕਿ ਕਿਹੜੇ ਕਿਹੜੇ ਕਲਾਕਾਰਾਂ ਨੇ ਤੁਹਾਡੇ ਕਿਹੜੇ ਕਿਹੜੇ ਗੀਤ ਗਾਏ ਨੇ ਔਰ ਕਿਹੜੇ ਮਕਬੂਲ ਹੋਏ ਨੇ? ਗੀਤਾਂ ਦਾ ਮੁਖੜਾ ਵੀ ਦੱਸਣਾ। ਪਾਕਿਸਤਾਨ ਦੇ ਵਿੱਚ ਉਦੋਂ ਛੋਟੀ ਉਮਰ ਸੀ ਮੇਰੀ, ਚਾਚਾ ਜੀ ਲੈ ਗਏ ਸੀ ਮੇਰੇ। ਮੈਂ ਨੂਰ ਜਾਂਦਾ ਟਾਹਲੀਆਂ ਦੇ ਟਾਹਣ ਚੀਕਦੇ, ਪੀਂਘ ਟੁੱਟ ਕੇ ਲਾਰਾ ਖਾ ਕੇ, ਧੀਆਂ 'ਤੇ ਧਨ ਪਰਾਇਆ ਵੇ ਬਾਬਲਾ, ਤੂੰ ਪਿਆਰ ਇੰਨਾ ਕਿਉਂ ਪਾਇਆ ਵੇ ਬਾਬਲਾ। ਔਰ ਨੁਸਰਤ ਅਲੀ ਸਾਹਿਬ ਨੇ ਵੀ ਗਾਇਆ ਮੇਰੇ, ਢੋਲ ਮਈਆ ਵਿੱਚ ਅਨ ਢੋਲ ਮਈਆ, ਇੱਕ ਵਾਰੀ ਹੱਸ ਕੇ ਤੇ ਬੋਲ ਮਈਆ। ਅਫਸ਼ਨ ਗਾਇਆ ਗੁੱਡੀ ਵਾਂਗੂ, ਅੱਜ ਮੈਨੂੰ ਸੱਜਣਾ ਉੜਾਈ ਜਾ ਉੜਾਈ ਜਾ। ਔਰ ਗੁਲਾਮ ਅਲੀ ਸਾਹਿਬ ਨੇ ਮੇਰੀਆਂ ਗਜ਼ਲਾਂ ਵੀ ਕਰਾਈਆਂ, ਔਰ ਸ਼ੌਕਤ ਅਲੀ ਨੇ ਵੀ ਦੇਸੀ ਸੱਦ ਵੀ ਗਾਈ ਹੈ। ਔਰ ਇੱਧਰ ਤਾਂ ਕਾਫੀ ਕਲਾਕਾਰਾਂ ਨੇ, ਯਾਨੀ ਕਿ ਫਿਲਮ ਇੰਡਸਟਰੀ ਦੇ ਵਿੱਚ ਮੈਂ ਕਈਆਂ ਫਿਲਮਾਂ ਦੇ ਵੀ ਗੀਤ ਲਿਖੇ ਹਨ। ਮੈਂ ਜ਼ਿਆਦਾ ਉਰਦੂ ਲਿਖਦਾ ਸੀ। ਫਿਰ ਪੰਜਾਬੀ ਗੀਤਾਂ ਦੀ ਗੱਲ ਕਰੀਏ, ਇੱਧਰ ਕਿਹੜੇ ਕਿਹੜੇ ਕਲਾਕਾਰ ਨੇ ਗਾਏ ਨੇ ਪੰਜਾਬੀ ਗੀਤ? ਸੁਰਿੰਦਰ ਕੌਰ ਪੰਜਾਬ ਜੀ ਕੋਇਲ। ਕਿਹੜਾ ਗੀਤ ਸੀ ਤੁਹਾਡਾ? ਕੰਘੀ ਬਾਹਾਂ 'ਤੇ ਦੁੱਖਣ ਮੇਰੇ ਵਾਲ ਨਹੀਂ ਮਾਏ। ਔਰ ਉਸ ਤੋਂ ਇਲਾਵਾ ਪ੍ਰਕਾਸ਼ ਕੌਰ ਜੀ ਹੈ, ਨਰਿੰਦਰ ਕੌਰ। ਅਸੀਂ ਗਿੱਧੇ ਹੀ ਨਨਾਣ ਭਾਬੀ ਨੱਚੀਆਂ ਅਤੇ ਗਿੱਠ ਗਿੱਠ ਬਹਿ ਗਈ ਧਰਤੀ, ਜਦੋਂ ਅੱਗ ਦੇ ਭੂਕੇ ਵਾਂਗੂ ਮੱਚੀਆਂ ਅਤੇ ਗਿੱਠ ਗਿੱਠ ਬਹਿ ਗਈ ਧਰਤੀ। ਜਸਵਿੰਦਰ ਰੂੜਾ, ਮੋਹਣੀ ਨੂੰ ਰੂੜਾ, ਮਾਵਾਂ ਧੀਆਂ ਦੋਨਾਂ ਨੇ ਸੁਰਮਾ 5 ਰਤੀਆਂ ਕੱਲ੍ਹ ਡਬਲ ਡਾਕ ਵਿੱਚ ਆਇਆ। ਔਰ ਇੱਧਰ ਦੇ ਹੋਰ ਜਿਹੜੇ ਆਸਾ ਸਿੰਘ ਮਸਤਾਨੇ ਨੇ ਕਰਾਇਆ ਗੀਤ ਮੇਰੇ। ਔਰ ਇੱਕ ਹੋਰ ਸੀ ਕਲਾਕਾਰ ਸਾਈਂ ਦੀਵਾਨਾ, ਐਕਸਪਾਇਰ ਹੋ ਗਿਆ, ਉਸਨੇ ਵੀ ਕਾਫੀ ਗੀਤ ਗਾਏ ਮੇਰੇ।
ਦੇਸੀ ਸੱਦਾਂ ਉਹਨੇ ਗਾਈਆਂ, ਦਿਲ ਟੁੱਟਿਆ ਖਬਰ ਨਾ ਹੋਈ ਤੇ ਲੱਗੀਆਂ ਤੇ ਢੋਲ ਵੱਜ ਗਏ ਟੋਲਾ, ਫਿਰ ਸਾਨੂੰ ਕਰ ਛੱਡੀ ਕੱਖੋਂ ਹੋਲਾ। ਨਰਿੰਦਰ ਬੀਬਾ ਨੇ ਮੇਰੇ ਕਾਫੀ ਗੀਤ ਕਰਾਏ, ਯਾਨੀ 448 ਗੀਤ, ਇਹ ਮੈਨੂੰ ਸਾਰੇ ਯਾਦ ਤਾਂ ਨਹੀਂ ਮਗਰ ਬਹੁਤ ਪਾਪੂਲਰ ਗੀਤ ਹੋਇਆ। 122 ਜਗਮੋਹਨ ਨੇ ਕਰਾਇਆ ਘੜਾ ਵਿੱਚ। ਨਰਿੰਦਰ ਬੀਬਾ ਦਾ ਕਿਹੜਾ ਕਿਹੜਾ ਮਸ਼ਹੂਰ ਗੀਤ? ਨਰਿੰਦਰ ਬੀਬਾ ਜੀ ਖਾਸ ਮੈਂ ਫੌਜੀਆਂ ਵਾਸਤੇ ਵੀ ਸੀ ਲਿਖਿਆ, ਮੈਂ ਉਹ ਦੋ ਮੰਜੀਆਂ ਦੀ ਥਾਂ, ਮੈਂ ਸੂਬੇਦਾਰ ਦੋ ਮੰਜੀਆਂ ਦੀ ਥਾਂ, ਇੱਕ ਤੂੰ ਡਾਲੀ ਇੱਕ ਮੈਂ ਡਾਲੂੰ, ਭੁੰਜੇ ਸਵਾਂਗੀ ਤੇਰੀ ਮਾਂ, ਔਰ ਮੇਰੇ ਸੱਜਣਾ ਤੂੰ ਮੇਰੀ ਜਿੰਦ ਜਾਣ ਵੇ, ਮੈਂ ਇੱਥੋਂ ਹੋ ਜਾਵਾਂ ਤਾਂ ਇੱਥੋਂ ਕੁਰਬਾਨ ਵੇ। ਕਾਫੀ ਗੀਤ ਬੀਬਾ ਜੀ ਦੇ ਮੇਰੇ ਹੈ, ਔਰ ਜਗਮੋਹਨ ਕੌਰ 122 ਗੀਤ ਪਾਪੂਲਰ, ਘੜਾ ਵੱਜਦਾ ਘੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ, ਔਰ ਕਿਹਨੇ ਖਿੱਚ ਲਈ ਪਤੰਗ ਵਾਲੀ ਡੋਰ, ਮੇਲੇ ਆਈਆਂ ਦੋ ਜੱਟੀਆਂ ਮਜਾਜ ਜੀਆਂ ਪੱਟੀਆਂ ਮਸਿਆਂ ਨਹਾਉਣ ਚੱਲੀਆਂ, ਔਰ ਕੇਦੀਪ ਨਾਲ ਦੁਗਾਣਾ ਵੀ ਗਾਏ ਇਹਨਾਂ ਨੇ, ਔਰ ਅਮਰ ਸਿੰਘ ਚਮਕੀਲਾ ਅਮਰ ਹੈ ਫਿਲਹਾਲ, ਉਹਨੂੰ ਤਲਵਾਰ ਮੈਂ ਕਲਗੀ ਤਰਦੀ ਹਾਂ, ਐਸਾ ਮੇਰਾ ਗੀਤ ਸੀ ਜਿਹਦੇ ਤੋਂ ਮੈਨੂੰ ਸ਼੍ਰੋਮਣੀ ਗੀਤਕਾਰ ਦਾ ਖਿਤਾਬ ਮਿਲਿਆ। ਸੁਰਿੰਦਰ ਛਿੰਦਾ ਔਰ ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਜੀ ਇੱਕ ਕੁੜੀ, ਉਹਦਾ ਨਾਂ ਨਹੀਂ ਦੱਸਣਾ, ਕਿੱਥੇ ਮਿਲੀ ਸੀ ਥਾਂ ਨਹੀਂ ਦੱਸਣਾ, ਜਦੋਂ ਕਿਤੇ ਵਿੱਚ ਨੱਚੀ ਗੱਲ ਬਿਲਕੁਲ ਸੱਚੀ, ਉਹਨੂੰ ਜੀਜਾ ਫੜ ਕੇ ਲੈ ਗਿਆ, ਅੱਜ ਦੜੂਗਾ ਪੈ ਗਿਆ, ਆਸ਼ਕ ਦਾ ਜਨਾਜ਼ਾ ਚੱਲਿਆ ਹੈ ਮਾਸ਼ੂਕ ਮੇਰੀ ਨੂੰ ਖਬਰ ਕਰੋ, ਆਸ਼ਕ ਨਾ ਮੌਤ ਤੋਂ ਟਲਿਆ ਹੈ ਮਾਸ਼ੂਕ ਮੇਰੀ ਨੂੰ ਖਬਰ ਕਰੋ, ਕਾਫੀ ਗੀਤ ਆ ਦੈਨ ਗਿਣਨ 'ਤੇ ਲੱਗਾਂ। ਔਰ ਕੁਲਦੀਪ ਮਾਣਕ ਸਾਹਿਬ, ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਔਰ ਰੱਬਾ ਤੇਰੀ ਰਾਤ ਮੁੱਕ ਗਈ, ਅਸਾਂ ਵੇਖ ਲਈ ਖੁਦਾਈ ਰੱਬਾ ਤੇਰੀ ਰਾਤ ਮੁੱਕ ਗਈ, ਜ਼ਾਲਮੋ ਨਾ ਮਾਰੋ ਨਾ ਮਾਰੋ ਆੜਾ ਇਹ ਨਾ ਕਹਿ ਗੁਜ਼ਾਰੋ, ਪੂਰਨ ਪੁੱਤ ਪਿਆਰੇ ਤੇ ਮਾਂ ਮਰ ਚੱਲੀ ਛਰਾ ਖਾਓ ਤਰਸ ਵਿਚਾਰੇ ਤੇ ਪੂਰਨ। ਉਸ ਤੋਂ ਇਲਾਵਾ ਹੰਸ ਰਾਜ ਹੰਸ, ਨੱਚੀਏ ਤੇ ਲੱਕ ਲਚਕਾ ਕੇ ਨਹੀਂ ਤਾਂ ਕੋਈ ਲੋੜ ਨਹੀਂ, ਰੱਖੀਏ ਤੇ ਅੱਖ ਮਟਕਾ ਕੇ ਨਹੀਂ ਤਾਂ ਕੋਈ ਲੋੜ ਨਹੀਂ, ਔਰ ਸਰਦੂਲ ਸਿਕੰਦਰ ਦੇਖੋ ਹੁਣ ਉਹਨਾਂ ਨੇ ਨੂਰੀ ਨੇ ਕਰਾਇਆ, ਦਿਲ ਵਰਦੇ ਮੈਂ ਦਿਲ ਲੱਗ ਜਾਣਾ ਬਣ ਕੇ ਪੱਤਾ ਪਾਉਣ ਦਾ, ਖੂਹ ਦੇ ਵਿੱਚ ਧੱਕਾ ਦੇਣਾ ਕੰਮ ਨਹੀਂ ਇਨਸਾਨ ਦਾ। ਹਰਭਜਨ ਮਾਨ ਨੇ ਮੈਂ ਪਹਿਲੀ ਕੈਸਟ ਹੀ ਮੈਂ ਲਿਖੀ ਜੋ 'ਚ ਮੇਰੇ 6 ਗੀਤ ਸਨ, 16 ਸਾਲ ਬੁਰਾ, ਇੱਕ ਤੇਰਾ ਹੀ ਸਵਾਲ, ਇੱਕ ਮੇਰਾ ਹੀ ਸਵਾਲ, ਇੱਕ ਦੋਵਾਂ ਦਾ ਸਵਾਲ ਤੇ ਹਾਲ ਬੁਰਾ, 16 ਸਾਲ ਬੁਰਾ, ਮਨਮੋਹਨ ਵਾਰਸ ਦੇਖੋ ਜੀ ਅੱਖੀਆਂ, ਇਹਦੇ ਮਨਮੋਹਨ ਵਾਰਸ ਨੇ ਬੜਾ ਬਾਰੀਕ ਗੀਤ ਹੈ ਮੇਰਾ ਇਹ, ਸੁੱਚੇ ਮੋਤੀ ਹਜੂਆਂ ਦੇ ਜਦੋਂ ਅੱਖੀਆਂ ਵਿੱਚੋਂ ਕਿਰਦੇ ਨੇ, ਇੰਝ ਲੱਗਦਾ ਤੇਰੀ ਇਬਾਦਤ ਵਿੱਚ ਮਾਲਾ ਦੇ ਮਣ ਕੇ ਫਿਰਦੇ ਨੇ। ਔਰ ਇਹਨਾਂ ਤੋਂ ਇਲਾਵਾ ਸਰਬਜੀਤ ਕੌਰ, ਲੋਕ ਮੈਨੂੰ ਕਹਿੰਦੇ ਨੇ ਲੜਾਕੀ ਮੇਰੀ ਅੱਖ ਸੱਜਣ, ਕੋਕੇਵਾਰੀ ਨੇ, ਮੈਂ ਫਿਲਮ ਦਾ ਗੀਤ ਆ ਗੱਭਰੂ ਪੰਜਾਬ ਦਾ, ਫਿਰ ਛਿੰਦੇ ਨੇ ਫਿਲਮ ਅਣਖ ਜੱਟਾਂ ਦੀ ਜਗਾਇਆ, ਨਹੀਂ ਤੂੰ ਯਾਰ ਦੀ ਬੁੱਕਲ ਵਿੱਚ ਸੌਂਗੀ ਨਹੀਂ ਸੌਂਗੇ ਤੇਰੇ ਭਾਗ ਸੱਸੀਏ, ਲੈ ਕੇ ਲੁੱਟ ਕੇ ਬਲੋਚ ਤੇਰੇ ਚੰਦਰੀ ਨਹੀਂ ਸੁੱਤੀ ਦਾ ਸੁਹਾਗ ਸੱਸੀ, ਸੀਮਨ ਜਾਣਨੇ ਦੇਖੋ ਜੀ ਹੁਣੀ ਲੇਟੈਸਟ ਕਰਾਏ 3 ਗੀਤ, ਇਹਨਾਂ 'ਚੋਂ ਇੱਕ ਗੀਤ ਫਿਲਮਾਇਆ ਗਿਆ, ਲੰਬੀ ਨਸੀ ਟੀ ਮਾਰ ਵੇ ਪਿੰਡ ਜਾਗ ਪਊਗਾ, ਕੋਈ ਤਾਂ ਸੋਚ ਵਿਚਾਰ ਵੇ ਪਿੰਡ ਜਾਗ ਪਊਗਾ, ਅੰਗਰੇਜ਼ ਅਲੀ ਝਾਂਜਰ ਨਾ ਛੜਕਾ ਨੀ ਕੁੜੀਏ ਝਾਂਜਰ ਨਾ ਛੜਕਾ, ਪੱਟੇ ਕੀ ਪੁੱਤ ਪਕਾਨਾ ਇਹ ਨਾ ਸਾਧ ਬਜਾ ਜਵਾਨੀ, ਮੁਸ਼ਕਣ ਬੂਟੀ ਨੀ ਗੋਰੀਏ ਸੰਭਲ ਕੇ ਵਰਤਾ, ਚਮਕੌਰ ਖੱਟਣੇ ਨੇ ਦੇਖੋ ਗੋਰੀਏ ਨੀ ਗੋਰੀਏ ਬਲੋਰੀ ਅੱਖਾਂ ਵਾੜੀਏ, ਬੁੱਝ ਮੇਰੀ ਮੁੱਠੀ ਵਿੱਚ ਗਈ, ਗਰੁੱਪ ਦੇ ਵਿੱਚ ਆਉਂਦਾ ਮੇਰਾ ਦਿਲ। ਅੱਛਾ ਜੀ ਦੱਸੋ ਕਿ ਤੁਸੀਂ ਐਡੇ ਵੱਡੇ ਚੋਟੀ ਦੇ ਗਾਇਕ ਹੋ, ਮੈਂ ਤਾਂ ਤੁਹਾਨੂੰ ਇੱਕ ਆਰਟਿਸਟ ਦੇ ਤੌਰ 'ਤੇ ਸਟੇਜ ਕਤਰ ਦੇ ਤੌਰ 'ਤੇ ਬਹੁਤ ਵੇਰ ਦੇਖਿਆ, ਔਰ ਮੈਂ ਜਦੋਂ ਕਦੇ ਵੀ ਅਮਰੀਕਾ ਕੈਨੇਡਾ ਇੰਗਲੈਂਡ ਜਾਂਦਾ ਸੀ ਤਾਂ ਤੁਹਾਡਾ ਅਤੇ ਮੇਰਾ ਥੋੜ੍ਹਾ ਬਹੁਤਾ ਹੀ ਫਰਕ ਹੁੰਦਾ ਸੀ ਅੱਗੇ ਪਿੱਛੇ ਦਾ, ਅਤੇ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਾਹਰ ਗਿਆ ਨੂੰ? ਹੁਣ ਮੈਨੂੰ ਕਾਫੀ ਦੇਰ ਹੋ ਗਈ ਹੈ, ਵੈਸੇ ਤਾਂ ਮੈਂ ਸਾਰਾ ਅਰਬ ਘੁੰਮਿਆ, ਅਮੈਰੀਕਾ ਮੈਂ ਸਾਰਾ ਘੁੰਮਿਆ, ਸਾਰਾ ਕੈਨੇਡਾ ਦੇਖਿਆ, ਜਰਮਨ ਜਾਪਾਨ ਡਰਮਾਰਕ ਆਸਟ੍ਰੇਲੀਆ ਕੋਰੀਆ, ਉਹਦੇ ਵਿੱਚ ਮੈਂ ਕੁੱਕ ਦਾ ਕੋਰਸ ਵੀ ਕਰਕੇ ਆਇਆ ਕੋਰੀਆ 'ਚੋਂ, ਮੈਂ ਇਹ ਸਾਊਥ ਅਫਰੀਕਾ ਸਾਰਾ ਮੇਰਾ ਦੇਖਿਆ, ਇੱਧਰ ਫਿਲਪਾਈਨ ਦਾ ਇਲਾਕਾ ਸਾਰਾ ਮੇਰਾ ਦੇਖਿਆ ਹੈਗਾ, ਇੱਧਰ ਮੈਂ ਬਰਮਾ ਰੰਗੂਨ ਆਸਟ੍ਰੇਲੀਆ ਆਸਟ੍ਰੇਲੀਆ ਇਹ ਸਭ ਮੇਰੇ ਦੇਖੇ, ਮੈਂ ਸਿਰਫ ਐਜ਼ ਏ ਸਟੇਜ ਕੰਪੋਜ਼ਰ ਸੀਗਾ, ਉਸ ਤੋਂ ਇਲਾਵਾ ਯੋਗ ਵੀ ਕਰਦਾ ਮੈਂ ਔਰ ਭੰਗੜਾ ਡਾਂਸ ਵੀ ਮੈਂ ਕਰਦਾ। ਅੱਛਾ ਕੋਈ ਆਪਣਾ ਯੋਗ ਸੁਣਾਓ ਆਪਣਾ ਮਨਪਸੰਦ ਹੈ। ਯੋਗ ਇਸ ਤਰ੍ਹਾਂ ਜੀ ਕਈ ਕਿਸਮ ਦੇ ਯੋਗ ਹੈ, ਮੈਂ ਅੰਗਰੇਜ਼ਾਂ ਨੂੰ ਵੀ ਹਸਾ ਲੈਣਾ ਕਿਉਂਕਿ ਮੈਨੂੰ ਅੰਗਰੇਜ਼ੀ ਵੀ ਬੋਲਣੀ ਆਉਂਦੀ, ਭਾਵੇਂ ਮੈਂ ਪੜ੍ਹਿਆ ਨਹੀਂ ਹੈਗਾ, ਬੋਲਣੀ ਮੈਨੂੰ ਆਉਂਦੀ ਹੈ, ਖੈਰ ਪੰਜਾਬੀ ਦੇ ਵਿੱਚ ਟੀਚਰ ਕਰਨੇ ਮੇਰੀ ਸਭ ਤੋਂ ਬੁਰੀ ਬਾਤ ਹੈ ਕਿਉਂਕਿ ਮੈਂ ਮਰਾਸੀ ਵੀ ਮੇਰੇ ਕੋਲ ਭੱਜਦੇ ਹੈ, ਆ ਮੈਨੂੰ ਕਹਿੰਦੇ ਵੀ ਕਈ ਵਾਰ ਗੱਲ ਚੱਲੀ ਕਹਿਣਗੇ ਇਹ ਸਾਡੀ ਔਲਾਦ ਹੈ ਇਹ ਮਰਾਸੀ ਨੂੰ ਟੀਚਰ ਕਰਦਾ, ਉਹ ਦਰਅਸਲ ਹਕੀਕਤ ਇਹ ਹੈ ਕਿ ਮੈਂ ਜਦੋਂ ਜੰਮਿਆ ਮੇਰੀ ਮਾਂ ਦੀ ਇੱਕ ਸਹੇਲੀ ਸੀ ਉਹਦਾ ਨਾਂ ਸੀ ਸਫੈਦਾ ਖਾਨਮ, ਉਹ ਮਰਾਸਨ ਸੀਗੀ ਮੀਰ ਆਲਮ ਸੀਗੀ, ਅਤੇ ਉਹਨੇ ਇੱਕ ਪਾਸੇ ਆਪਣੇ ਮੁੰਡੇ ਨੂੰ ਦੁੱਧ ਬੁਲਾਏਗੀ ਇੱਕ ਪਾਸੇ ਮੈਨੂੰ ਬੁਲਾਏਗੀ, ਉਹ ਦੁੱਧ ਅਸਰ ਹੋ ਗਿਆ, ਸੋ ਟੀਚਰ ਮੈਂ ਇਸ ਤਰ੍ਹਾਂ ਕਰ ਲੈਂਦਾ ਵੀ ਇੱਕ ਬੰਦਾ ਦੇਖੋ ਮਨਿਆਰੀ ਦੀ ਦੁਕਾਨ 'ਤੇ ਨੌਕਰ ਹੋ ਗਿਆ ਮੁੰਡਾ, ਕੰਮ ਕਰਿਆ ਨਾ ਬਣ ਜਾਂਦਾ ਸੀਗਾ, ਉਹ ਕਹਿੰਦਾ ਵੀ ਕੰਮ ਸਿੱਖੇ ਇਹਨੂੰ ਦੁਕਾਨ ਪਾ ਦੇਣੇ, ਉਹ ਦੂਸਰੇ ਨੇ ਉਹਨੂੰ ਬਾਹਰ ਬਿਠਾਤਾ, ਕਹਿਣ ਲੱਗਾ ਭਾਈ ਕੋਈ ਨਵਾਂ ਗਾਹਕ ਆਵੇ ਤਾਂ ਅੰਦਰ ਭੇਜੀ,
ਪਹਿਲਾ ਗਾਹਕ ਆਇਆ ਉਹ ਕਹਿਣ ਲੱਗਾ ਜੀ ਰਕਸੋਨਾ ਸਾਬਣ ਚਾਹੀਦਾ, ਕਹਿੰਦਾ ਉਹ ਤਾਂ ਹੈ ਨਹੀਂ ਜੀ। ਗਾਹਕ ਮੁੜ ਗਿਆ, ਲਾਲੇ ਨੇ ਵੇਖ ਲਿਆ, ਕਹਿੰਦਾ ਗਾਹਕ ਮੁੜ ਗਿਆ, ਕਹਿੰਦੇ ਜੀ ਰਕਸੋਨਾ ਸਾਬਣ ਮੰਗਦਾ ਉਹ ਆਪਣੇ ਕੋਲ ਹੈ ਨਹੀਂ, ਕਹਿੰਦਾ ਗਾਹਕ ਨੂੰ ਅੰਦਰ ਵਾੜੀ ਦਿੰਦਾ, ਰਕਸੋਨਾ ਨਹੀਂ ਹੈਗਾ, ਲੈਕਸ ਹੈਗਾ, ਲਾਈਵ ਬੋਆਏ ਹੈਗਾ, ਹੋਰ ਕੋਈ ਲੈ ਜਾਊਗਾ। ਫਿਰ ਇੱਕ ਗਾਹਕ ਆਇਆ, ਉਹਨੇ ਕਿਹਾ ਜੀ ਕੋਹਲੀ ਨੋਸ ਦੀ ਪੇਸਟ ਚਾਹੀਦੀ ਹੈ। ਉਹ ਸੋਚਣ ਲੱਗ ਪਏ ਤਾਂ ਨਾ ਹੀ ਪਹਿਲੀ ਵਾਰੀ ਸੁਣਿਆ, ਕਹਿੰਦੇ ਜੀ ਉਹ ਤਾਂ ਹੈ ਨਹੀਂ। ਉਹ ਮੁੜਨ ਲੱਗਾ, ਲਾਲੇ ਨੇ ਦੇਖ ਲਿਆ, ਕਹਿੰਦੇ ਗਾਹਕ ਮੁੜ ਗਿਆ, ਕਹਿੰਦਾ ਜੀ ਕੋਹਲੀ ਨੋਸ ਦੀ ਪੇਸਟ ਮੰਗਦਾ, ਉਹ ਤਾਂ ਮੈਂ ਨਾ ਹੀ ਪਹਿਲੀ ਵਾਰੀ ਸੁਣਿਆ। ਉਹ ਕਹਿੰਦਾ ਤੂੰ ਗਾਹਕ ਨੂੰ ਅੰਦਰ ਤਾਂ ਲਿਆ, ਜੇ ਕੋਹਲੀ ਨਹੀਂ ਕੋਲ ਗੇਟ ਹੈਗੀ ਹੈ, ਬਨਾਕ ਹੈਗੀ ਹੈ, ਸਬਾਕ ਹੈਗੀ, ਹੋਰ ਕੋਈ ਲੈ ਜਾਂਦਾ। ਜੇ ਇੱਦਾਂ ਹੀ ਕਰਨਾ ਤਾਂ ਕੱਲ੍ਹ ਤੋਂ ਬਾਅਦ ਇੱਥੇ ਨਾ ਆਈ, ਹੁਣ ਤੂੰ ਗਾਹਕ ਨੂੰ ਅੰਦਰ ਲੈਣਾ। ਇਹਨੇ ਜਿਹਨੂੰ ਇੱਕ ਬਾਹਰੋਂ ਆਇਆ ਅਪ ਟੂ ਡੇਟ, ਡੀ ਐਲ ਟੀ 'ਚੋਂ ਉਤਰਿਆ ਗੱਡੀ 'ਚੋਂ, ਗਰਮੀਆਂ 'ਚ ਗਰਮ ਸੂਟ ਪਾਏ ਆ, ਬਾਹਰੋਂ ਜੋ ਆਇਆ ਸੀ ਰੋਬ ਵੀ ਤਾਂ ਪਾਉਣਾ ਪੈਂਦਾ। ਉਹ ਆਇਆ, ਕੁਛ ਬਈ ਚੀਜ਼ ਸਮਾਨ ਚਾਹੀਦਾ, ਕਹਿੰਦਾ ਆਓ ਬਾਊ ਜੀ ਅੰਦਰ ਆਓ। ਮੁੰਡਾ ਅੰਦਰ ਲੈ ਗਿਆ, ਕਹਿੰਦਾ ਦੱਸੋ ਕੀ ਚਾਹੀਦਾ, ਕਹਿੰਦੇ ਜੀ ਸਾਨੂੰ ਟੋਇਲਟ ਪੇਪਰ ਚਾਹੀਦੇ ਆ, ਕਹਿੰਦਾ ਬਾਊ ਜੀ ਉਹ ਤਾਂ ਹੈ ਨਹੀਂ, ਤੁਸੀਂ ਉਹ ਤਾਂ ਹੈ ਨਹੀਂ, ਤੁਸੀਂ ਰੇਗ ਮਾਰ ਲੈ ਜਾਓ। ਅੱਛਾ, ਇਹ ਦੱਸੋ ਕਿ ਤੁਸੀਂ ਗੀਤਾਂ ਦੀ ਗੱਲ ਕੀਤੀ ਹੈ ਅਤੇ ਗੀਤ ਤੁਹਾਡੀ ਮਾਂ ਵੀ ਗਾਉਂਦੀ ਹੁੰਦੀ ਸੀ? ਮੇਰੀ ਮਾਂ ਵੀ ਗਾਉਂਦੀ ਸੀ। ਉਹ ਕੀ ਗਾਉਂਦੀ ਸੀ ਉਹ ਸੁਣਾਓ, ਉਹ ਸੁਣਾਓ ਮਾਂ ਅਤੇ ਨਾਨੀ ਦੇ ਸੁਣਾਓ, ਦਰਤਰਨ ਜਿਵੇਂ ਮੈਨੂੰ ਕੱਲ੍ਹ ਸੁਣਾਇਆ ਸੀ। ਮੇਰੀ ਨਾਨੀ ਨੇ ਨਾਲੇ ਚਰਖਾ ਕੱਤੀ ਜਾਣਾ ਅਤੇ ਨਾਲੇ ਗਾਈ ਜਾਣਾ, ਉਹ ਮੈਂ ਯਾਦਾਸ ਸੀ। ਉਹਨਾਂ ਗੀਤਾਂ ਨੂੰ ਮੈਂ ਰੱਖ ਮੁੱਕ ਰੱਖ ਮੈਂ ਗੀਤ ਲਿਖੇ। ਚਾਨੀਆਂ ਰਾਤਾਂ ਵੇ ਨਿੰਮੀ ਨਿੰਮੀ ਤਾਰਿਆਂ ਦਿਲੋਂ ਤੂੰ ਬੜਾ ਉਨਿੰਦਰਾਵੇ, ਮੇਰੀ ਇਕੜੀ ਤੇ ਸਿਰ ਰੱਖ ਸੋ ਹਣਿਓ। ਉਧਰੋਂ ਮੇਰੀ ਮਾਂ ਕੁਛ ਉਹਦੇ ਵੀ ਮੈਂ ਗੀਤ ਲਿਖਿਆ। ਉਹ ਸੁਣਾਓ ਕੋਈ ਬਣ। ਮਾਂ ਮੇਰੀ ਨੇ ਜਦੋਂ ਬਹਿਣਾ ਅਤੇ ਉਹ ਆਪਣੀ ਸਾਡੀ ਗੁੱਡੋ ਨੂੰ ਕਹਿ ਦੇਣਾ ਮੇਰੀ ਚੋਟੀ ਨੂੰ ਤੇਲ ਲਾ, ਉਹਨੇ ਕਹਿਣਾ ਬੇਬੇ ਕੋਈ ਸੁਣਾ ਦਰਾ। ਵੇ ਮੈਂ ਕਾਲੇ ਬਾਗਾਂ ਦੀ ਮੋਰਨੀ ਅੰਬੀਆਂ ਥੱਲੇ ਫਿਰਦੀ ਵੇ ਤੂੰ ਕਿਉਂ ਨਹੀਂ ਆਉਂਦਾ ਵੇ, ਤੈਨੂੰ ਸੋ ਮੇਰੇ ਸਿਰ ਦੀ ਵੇ ਮੈਂ ਕਾਲੇ ਬਾਗਾਂ ਦੀ ਮੋਰਨੀ। ਆਜ਼ਾਦ ਸਾਹਿਬ, ਤੁਸੀਂ ਮੈਂ ਤੁਹਾਨੂੰ ਭੰਗੜਾ ਪਾਉਂਦੇ ਅਤੇ ਭੰਗੜਾ ਸਿਖਾਉਂਦੇ ਵੀ ਦੇਖਿਆ। ਜਦੋਂ ਪੰਜਾਬ ਦੀ ਗਿੱਧੇ ਦੀ ਟੀਮ ਨੂੰ ਤਿਆਰ ਕਰਕੇ ਤੁਸੀਂ ਨੈਸ਼ਨਲ ਫੈਸਟੀਵਲ 'ਤੇ ਜਾਂਦੇ ਹੁੰਦੇ ਸੀ, ਇਹ ਤੁਸੀਂ ਮੈਨੂੰ ਇਹ ਦੱਸੋ ਭੰਗੜਾ ਇਹ ਕਿਹਦੇ ਕੋਲੋਂ ਸਿੱਖਿਆ ਅਤੇ ਕਿਹੜੇ ਕਿਹੜੇ ਤੁਹਾਡੇ ਸ਼ਾਗਿਰਦ ਨੇ, ਕਿੱਥੇ ਕਿੱਥੇ ਭੰਗੜੇ ਦੀ ਪੇਸ਼ਕਾਰ ਕੀਤੀ ਹੈ ਤੁਸੀਂ, ਅਤੇ ਮੈਨੂੰ ਭੰਗੜੇ ਦਾ ਕਦੇ ਡਾਂਸ ਵੀ ਕਰਕੇ ਸੁਣਾਇਓ। ਕਰ ਜੀ ਡਾਂਸ ਤਾਂ ਆਇਆ, ਮੈਂ ਨੱਚ ਤਾਂ ਲੈਣਾ, ਬਾਂਦਰ ਬੁੱਢਾ ਹੋ ਜਾਵੇ ਟੂਸੀਆਂ ਮਾਰਨਾ ਥੋੜੀਆਂ ਬੋਲ। ਆਜ਼ਾਦ ਸਾਹਿਬ, ਤੁਸੀਂ ਬਹੁਤ ਅੱਛੀ ਪੇਸ਼ਕਾਰੀ ਕੀਤੀ ਹੈ ਭੰਗੜੇ ਦੀ। ਇਹ ਦੱਸੋ ਕਿ ਭੰਗੜਾ ਪੰਜਾਬ ਦੇ ਵਿੱਚ ਕਦੋਂ ਤੋਂ ਸ਼ੁਰੂ ਹੋਇਆ ਅਤੇ ਤੁਸੀਂ ਕਿਹਦੇ ਕੋਲ ਸਿੱਖਿਆ, ਤੁਹਾਡੇ ਕੌਣ ਕੌਣ ਸ਼ਾਗਿਰਦ ਨੇ?
ਭੰਗੜਾ ਨੀਲੋ ਖੇੜੇ ਵਾਲੀ ਰਾਣਾ ਜੀ ਜਿਨ੍ਹਾਂ ਨੇ ਸ਼ੁਰੂ ਕੀਤਾ। ਫਿਰ ਅਸੀਂ ਉਹਨਾਂ ਦੇ ਸ਼ਾਗਿਰਦ ਆਪਣਾ ਮਨੋਹਰ ਦੀਪਕ, ਅਸੀਂ ਸੁਨਾਮ ਤੋਂ ਸ਼ੁਰੂ ਹੋਏ ਹਾਂ। ਸੁਨਾਮ ਤੋਂ ਅਸੀਂ ਨਿਆ ਦੌਰ ਦੇ ਫਿਲਮ 'ਚ ਪਹਿਲੀ ਕੀਤੀ ਹੈ ਫਿਲਮ। ਭੰਗੜਾ ਪਹਿਲਾਂ ਸੀ ਇਹ ਦੇਸ਼ ਹੈ ਵੀਰ ਜਵਾਨੋਂ ਕਾ, ਅਲਬੇਲੋਂ ਕਾ, ਮੁਲਸਤਾਨੋਂ ਕਾ, ਇਸ ਦੇਸ਼ ਕਾ ਯਾਰੋ ਕਿਆ ਕਹਿਣਾ। ਇਹ ਨੀਰੋ ਖੇੜੀ ਵਾਲੇ ਰਾਣਾ ਜੀ ਇਹਨਾਂ ਨੇ ਇੱਥੋਂ ਸ਼ੁਰੂ ਕੀਤਾ। ਵੈਸੇ ਸਾਡਾ ਪਠਾਣੀ ਆ ਜਿਹੜਾ ਅਸੀਂ ਪਹਿਲੇ ਨੱਚਦੇ ਹਾਂ, ਸਿਆਲਕੋਟੀ ਭੰਗੜਾ ਅਸੀਂ ਨੱਚਦੇ ਹਾਂ। ਸਿਆਲਕੋਟੀ ਝੰਗ ਜੋ ਜਿਹੜੀ ਸੱਦ ਹੈਗੀ ਹੈ ਉਹ ਸੱਦ ਗਾ ਕੇ ਅਤੇ ਫਿਰ ਅਸੀਂ ਭੰਗੜਾ ਨੱਚਦੇ ਹਾਂ। ਅਤੇ ਇੱਧਰ ਹੁਣ ਫਿਲਮੀ ਟੱਚ ਹੈ, ਫਿਲਮ ਨੂੰ ਮੈਂ ਟੱਚ ਮੈਂ ਬੀਟ ਕੀਤਾ ਹੈ ਅਤੇ ਬੀਟ ਦੀ ਮੈਂ ਬੀ ਏ ਤੱਕ ਮੇਰੀ ਥਿਊਰੀ ਹੈਗੀ ਹੈ ਭਾਗ ਸਿੰਘ ਦੇ ਕੋਲ। ਅਤੇ ਭਾਗ ਸਿੰਘ ਹੋਰ ਸੰਗ ਡਰਾਮਾ ਡਿਵੀਜ਼ਨ ਅਫੀਸਰ ਸਨ, ਇਹਨਾਂ ਨਾਲ ਅਸੀਂ ਜਾਂਦੇ ਰਹੇ। ਮੈਂ ਰਿਪਬਲਿਕ ਡੇ 'ਤੇ 20 ਸਾਲ ਗਿਆ ਕੰਟੀਨਿਊਸਲੀ। ਕਾਫੀ ਮੇਰੇ ਦੋ ਯਾਰ ਦੋਸਤ ਅਜੇ ਹੈਗੇ ਆ, ਇਹਨਾਂ ਦੇ ਵਿੱਚੋਂ ਇੱਕ ਮੇਰਾ ਖਾਸ ਜੋੜੀਦਾਰ ਸੀ ਮਹਿੰਦਰ ਡਗੋਰੀ, ਮੈਂ ਐਕਸਪਾਇਰ ਹੋ ਗਿਆ, ਬਹੁਤ ਅੱਛਾ ਨੱਚਦਾ ਸੀ। ਇੱਕ ਹੋਰ ਮੁਖਤਿਆਰ ਸੀਗਾ ਉਹ ਵੀ ਬੜਾ ਅੱਛਾ ਨੱਚਦਾ ਸੀ। ਬਾਕੀ ਅਰਜੀਤ ਵੀ ਤੁਹਾਡਾ ਸ਼ਾਗਿਰਦ? ਅਰਜੀਤ ਮੇਰਾ ਸ਼ਾਗਿਰਦ ਸੀ, ਬੇਦੀ ਐਕਸਪਾਇਰ ਹੋ ਗਿਆ ਜੀ। ਬਹੁਤ ਵਧੀਆ ਨੱਚਦਾ ਸੀ, ਐਕਸਾਈਜ਼ ਇੰਸਪੈਕਟਰ ਸੀ ਉਹ, ਬੜਾ ਅੱਛਾ ਨੱਚਦਾ ਸੀ। ਸੁਰਜੀਤ ਗਿੱਲ ਵੀ ਮੇਰੇ ਚੇਲੇ ਹੀ ਹੈ, ਇਹ ਸਾਰੇ ਇਕੱਠੇ ਨੱਚਦੇ ਰਹੇ ਸੀ। ਅੱਛਾ, ਤੁਸੀਂ ਫਿਲਮਾਂ 'ਚ ਵੀ ਕੰਮ ਕੀਤਾ? ਹਾਂਜੀ। ਕਿਹੜੀ ਕਿਹੜੀ ਫਿਲਮ 'ਚ ਕੀ ਰੋਲ ਕਰਦੇ ਸੀ ਇਹ ਦੱਸੋ। ਰੋਲ ਵੀ ਮੈਂ ਕਰਦਾ ਰਿਹਾ ਜੀ, ਭੰਗੜਾ ਤਾਂ ਮੈਂ ਸਾਰਾ ਗਰੁੱਪ ਮੇਰਾ ਹੀ ਹੁੰਦਾ ਸੀ, ਕੁੜੀਆਂ ਗਿੱਧੇ ਦੀਆਂ ਭੰਗੜਾ ਵੀ ਦੱਸੋ ਕਿਹੜੀ ਕਿਹੜੀ। ਫਿਰ ਸ਼ੇਰਨੀ, ਮੋਰਨੀ, ਨਾਨਕ ਦੁਖੀਆ ਸਭ ਸੰਸਾਰ 'ਚ ਮੈਂ ਨਕਲਾਂ ਕੀਤੀਆਂ ਦਾਦਾ ਦੀ ਫਿਲਮ ਦੇ ਵਿੱਚ, ਔਰ ਦੀਦਾਰ ਫਿਲਮ ਕੀਤੀ ਹੈ, ਸ਼ਿਮਲਾ ਰੋਡ ਕੀਤੀ ਹੈ, ਫਰੇਬ ਕੀਤੀ ਹੈ, ਲਾਲ ਬੰਗਲਾ ਕੀਤੀ ਹੈ, ਲਾਲ ਬੰਗਲਾ ਲਾਡ ਸਾਹਿਬ ਦੇ ਵਿੱਚ, ਸ਼ੰਮੀ ਕਪੂਰ ਅਤੇ ਨੋਤਨ ਗੀਤ ਵੀ ਮੇਰਾ ਸੀ। ਉਹ ਸਵੇਰ ਮੇਰੀ ਗਾੜੀ ਵਿੱਚ ਚਲੇ ਜਾਏਗੇ, ਅਤੇ ਫਿਰ ਕਸ਼ਮੀਰ ਕੀ ਗਲੀ 'ਚ ਮੈਂ ਸ਼ੰਮੀ ਕਪੂਰ ਨਚਾਇਆ, ਸ਼ਰਮੀਲਾ ਟੈਗੋਰ ਨੂੰ ਨਚਾਇਆ, ਔਰ ਲਾਲ ਬੰਗਲਾ ਦੇ ਵਿੱਚ ਵਿਨੋਦ ਖੰਨੇ ਨੂੰ ਨਚਾਇਆ, ਨਾਲ ਬਿੰਦੂ ਹੀਰੋਇਨ ਸੀ। ਉਸ ਤੋਂ ਇਲਾਵਾ ਕਈ ਫਿਲਮਾਂ ਮੈਂ ਕਰ ਬੈਠਾ, ਕਈ ਮੈਨੂੰ ਯਾਦ ਵੀ ਨਹੀਂ ਰਹਿੰਦੀਆਂ। ਫਰੇਬ, ਔਰ ਫਰੇਬ ਤੋਂ ਬਾਅਦ ਇੱਕ ਹੋਰ ਫਿਲਮ ਆਈ ਸੀ ਅੱਖ ਸੰਦੂਰੀ, ਇੱਕ ਅਧੂਰੀ ਫਿਲਮ ਰਹਿ ਗਈ, ਅਜੇ ਬਣੀ ਨਹੀਂ, ਬੜੀ ਵਧੀਆ ਫਿਲਮ ਸੀ ਅਤੇ ਜ਼ਿੰਦਗੀ ਯਾਰਾਂ ਦੀ। ਅੱਛਾ, ਇਹ ਦੱਸੋ ਕਿ ਤੁਸੀਂ ਇੰਨੇ ਵੱਡੇ ਗੀਤਕਾਰ ਹੋ, ਭੰਗੜਾ ਡਾਂਸਰ ਹੋ, ਕੋਮੇਡੀਅਨ ਹੋ, ਕੁੱਕ ਹੋ, ਅਤੇ ਹੁਣ ਤੁਹਾਡਾ ਸਾਰਾ ਕੁਛ ਕਿਵੇਂ ਗੁਆਚ ਗਿਆ? ਇਹ ਪੈਸੇ ਕਿੱਧਰ ਗਏ? ਕਾਰਾਂ ਕਿੱਧਰ ਗਈਆਂ? ਕੋਠੀਆਂ ਕਿੱਧਰ ਗਈਆਂ? ਪੈਲੀਆਂ ਬਣਾਈਆਂ ਸੀ ਕਿੱਧਰ ਗਈਆਂ? ਵਹੁਟੀ ਕਿੱਧਰ ਗਈ? ਨਿਆਣੇ ਕਿੱਧਰ ਗਏ? ਹੁਣ ਕਿਵੇਂ ਗੁਜ਼ਾਰਾ ਕਰਦੇ ਹੋ? ਕਿਹੋ ਜਿਹਾ ਤੁਸੀਂ ਮਹਿਸੂਸ ਕਰਦੇ ਹੋ? ਦੇਖੋ ਜੀ, ਮੈਂ ਮਿਰਜ਼ਾ ਗਾਲਬ ਦਾ ਇੱਕ ਸ਼ੇਰ ਮੈਨੂੰ ਯਾਦ ਹੈ, ਜੋ ਸਾਥ ਵਕਤ ਕੇ ਚਲਾ ਵੋ ਮਰਦ ਹੈ, ਜੋ ਰਹਿ ਗਿਆ ਵੋ ਰਸਤੇ ਕੀ ਗਰਦ ਹੈ। ਮੈਂ ਵਕਤ ਦੇ ਨਾਲ ਆਪਣਾ ਟਪਾਈ ਕਰਦਾ ਆ ਰਿਹਾ, ਕਮਾਇਆ ਵੀ ਬਹੁਤ ਹੈ, ਇਹ ਨਹੀਂ ਵੀ ਉਜਾੜਿਆ ਨਹੀਂ, ਉਜਾੜਿਆ ਵੀ ਬਹੁਤ ਹੈ, ਮੈਂ ਨੋਸ਼ੀ ਵੀ ਬਹੁਤ ਕੀਤੀ ਹੈ, ਬੜੀ ਪਾਕਿਸਤਾਨ ਦੇ ਲਾਹੌਰ ਦੇ ਮੁਜਰੇ ਵੀ ਦੇਖੇ ਹੈ, ਇੱਧਰ ਵੀ ਮੁਜਰੇ ਵੇਖਦੇ, ਮੁਜਰੇ ਜਿਹੜੇ ਵੇਖੇ ਉਹੀ ਮੁਜਰੇ ਲਿਖ ਸਕਦਾ, ਮੈਂ ਫਿਲਮਾਂ ਦੇ ਮੁਜਰੇ ਵੀ ਲਿਖੇ ਹੈ। ਔਰ ਬੱਚੇ ਮੇਰੇ ਇਸ ਵੇਲੇ ਦਿੱਲੀ ਰਹਿੰਦੇ ਹੈ, ਆਉਂਦੇ ਜਾਂਦੇ ਮਿਲ ਜਾਂਦੇ ਹੈ, ਉਹ ਆਪਣੇ ਮਸਤ ਨਾ ਸੀ, ਆਪਣੀ ਮਸਤੀ 'ਚ ਮੈਂ ਅਕੇਲਾ ਰਹਿਣਾ। ਬਾਕੀ ਤਾਂ ਗੀਤ ਲਿਖੀ ਜਾਂਦਾ, ਅਤੇ ਮੇਰੇ ਮੁੰਡੇ ਸਭ ਤੋਂ ਵੱਡਾ ਮੇਰਾ ਸ਼ਾਗਿਰਦ ਹੈ ਟਹਿਲ ਸਿੰਘ ਖੀਵਾ, ਭੰਗੜਾ ਸਿਖਾਉਂਦਾ, 23 ਸ਼ਾਗਿਰਦ ਹੈਗੇ ਜਿਹੜੇ ਮੇਰੇ ਲਾ ਮਿਲਾ ਕੇ, ਕੁਛ ਸ਼ਾਇਰੀ ਦੇ ਆ, ਕੁਛ ਭੰਗੜੇ ਦੇ ਆ, ਇਹਨਾਂ ਸਾਰਿਆਂ ਨੂੰ ਮੈਂ ਸਿਖਾਉਂਦਾ ਰਿਹਾ। ਉਹਨਾਂ ਮੈਂ ਜਦੋਂ ਮੈਂ ਨੱਚਦਾ ਉਹ ਹਰ ਚੀਜ਼ ਮੇਰੀ ਨੋਟ ਕਰਦੇ ਆ, ਹਰ ਬੰਦੇ ਨੂੰ ਨਚਾ ਕੇ ਵੇਖਿਆ, ਹਰ ਐਕਟਰ ਨੂੰ ਨਚਾ ਕੇ ਵੇਖਿਆ, ਸਾਰੇ ਮੈਨੂੰ ਜਾਣਦੇ, ਸਾਰੀ ਫਿਲਮ ਇੰਡਸਟਰੀ ਮੇਰੇ ਟਰੰਕ ਦੇ ਵਿੱਚ ਗਾਇਬ ਹੈ। ਅੱਛਾ, ਰੋਟੀ ਟੁੱਕਦਾ ਕਿਵੇਂ ਗੁਜ਼ਾਰਾ ਹੁਣ? ਪੈਸਾ ਟੁੱਕਰਦਾ, ਦਿਨ ਕਿਵੇਂ ਨਿਕਲਦਾ? ਉਹ ਇਸ ਤਰ੍ਹਾਂ ਜੀ, ਅੱਗੇ ਪਿੱਛੇ ਜਲ ਕੇ ਇੱਥੇ ਮੇਰੇ ਬੈ ਮਹਾਨ ਮਿਹਰਬਾਨ ਸੱਜਣ ਹੈ ਕਈ, ਜਿਹਨਾਂ ਦੇ ਵਿੱਚੋਂ ਮੈਂ ਤਾਂ ਪਹਿਲੇ ਬਦਨਾਮ ਸੀਗਾ, ਜਸੋਵਾਲ ਸਾਹਿਬ, ਜਗਦੇਵ ਸਿੰਘ ਜੀ, ਉਹ ਲੋਕਾਂ ਤੱਕ ਮੈਨੂੰ ਪਹੁੰਚਾਉਂਦੇ ਹੈ, ਨਾਲੇ ਦੱਸਦੇ ਆ ਵੀ ਇੱਕ ਪੁਰਾਣਾ ਲਿਖਾਰੀ ਹੈ, ਪੁਰਾਣਾ ਆਰਟਿਸਟ ਹੈ, ਪੁਰਾਣਾ ਭੰਗੜਾਬਾਜ਼ ਹੈ, ਸਭ ਕੁਝ ਜਾਣਦਾ ਹੈ ਉਹ। ਫਿਰ ਮੇਰੀ ਨਜ਼ਰ ਨਿਆਜ਼ਮਾਂ ਨੂੰ ਮਿਲਦੀ ਹੈ, ਕੁਛ ਮੈਂ ਗੀਤਾਂ ਦੇ ਪੈਸੇ ਲੈ ਲੈਣਾ, ਕੋਈ ਆਪੇ ਦੇ ਜਾਂਦੇ ਹੈ, ਨਵੇਂ ਮੁੰਡਿਆਂ ਵਾਸਤੇ ਤਾਂ ਮੈਂ ਵੈਸੇ ਲਿਖ ਛੱਡਦਾ, ਕਿਉਂਕਿ ਕੱਲ੍ਹ ਹੋ ਸਕਦਾ ਇਹੀ ਕੱਲ੍ਹ ਨੂੰ ਮੁਹੰਮਦ ਰਫੀ ਬਣ ਜਾਣ, ਕੋਈ ਲਤਾ ਮੰਗੇਸ਼ਕਰ ਬਣ ਸਕਦੀ, ਕਿਉਂਕਿ ਲਤਾ 'ਤੇ ਵੀ ਮੈਂ ਲਿਖ ਬੈਠਾ, ਮੁਹੰਮਦ ਰਫੀ ਦੀ ਵੀ ਲਿਖ ਬੈਠਾ, ਤਾਂ ਮੈਂ ਗੁਜ਼ਾਰਾ ਚੱਲਦਾ ਬਸ ਇਸ ਤਰ੍ਹਾਂ। ਕੋਈ ਵੱਡੇ ਕਲਾਕਾਰ ਆ, ਹਰਭਜਨ ਮਾਨ, ਹੰਸਰਾਜ ਹੰਸ, ਸਦੂ ਸਿਕੰਦਰ, ਸੁਰਿੰਦਰ ਛਿੰਦਾ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਮੇਰਾ ਲਾਡਲਾ ਬੇਟਾ ਹੈ ਜਿਹੜਾ ਹੁਣ ਤੱਕ ਮੈਨੂੰ 20 ਸਾਲ ਤੋਂ ਖਰਚਾ ਦਿੰਦਾ ਰਿਹਾ, ਹਾਕਮ ਬਖਤੜੀ ਵਾਲਾ, ਉਹ ਹਰ ਹਫ਼ਤੇ ਮੈਨੂੰ ਖਰਚਾ ਪਾਣੀ ਭੇਜਦਾ ਹੈ, ਸੁਖਵੰਤ ਕੌਰ ਸੁੱਕੀ, ਪਰਮਿੰਦਰ ਸੰਧੂ ਵੀ ਭੇਜਦੇ ਪਏ, ਸੁੱਕੀ ਬਰਾੜ ਵੀ ਮੈਨੂੰ ਭੇਜ ਦਿੰਦੀ, ਜਿੱਥੇ ਮੈਨੂੰ ਮਿਲ ਜਾਣ, ਹੰਸਰਾਜ ਹੰਸ, ਮਨਮੋਹਨ ਵਾਰਸ, ਅੰਗਰੇਜ਼ ਅਲੀ,
ਇਹ ਜਿਹੜੇ ਛੋਟੇ ਇੰਦਰਜੀਤ ਨਿੱਕੂ ਔਰ ਰਵਿੰਦਰ ਗਰੇਵਾਲ, ਇੱਕ ਰਵਿੰਦਰ ਡੇਲੋ ਹੈ, ਇਹ ਸਾਰੇ ਮੁੰਡੇ ਮੇਰੀ ਬਾਪ ਵਾਂਗੂ ਇੱਜ਼ਤ ਕਰਦੇ ਆ, ਕੁਛ ਤੁਛ ਭੇਟਾਂ ਮੈਨੂੰ ਦਿੰਦੇ, ਰੋਟੀ ਪਾਣੀ ਦਾ ਗੁਜ਼ਾਰਾ। ਅੱਛਾ, ਜਦੋਂ ਤੁਹਾਡੇ ਘਰ ਜਾਓ ਅਤੇ ਘਰ ਜਾਈਦਾ ਦਰਵਾਜ਼ਾ ਖੁੱਲ੍ਹਾ ਹੁੰਦਾ ਅਤੇ ਤੁਸੀਂ ਨਹੀਂ ਹੁੰਦੇ, ਤੁਹਾਨੂੰ ਇਹ ਡਰ ਨਹੀਂ ਲੱਗਦਾ ਕਿ ਤੁਹਾਡਾ ਸਮਾਨ ਕੋਈ ਚੋਰੀ ਕਰਕੇ ਲੈ ਜਾਏਗਾ? ਦੇਖੋ ਜੀ, ਖੁਸ਼ੀ ਦੀ ਗੱਲ ਇਹ ਹੈ ਭਾਈ, ਇੱਕ ਬੰਦਾ ਮੇਰੇ ਨਾਲ, ਮੇਰਾ ਆਣੀ ਸੀ, ਉਹ ਮੇਰੇ ਨਾਲ ਸਫ਼ਰ ਕਰ ਰਹੇ ਸੀ ਜੀ, ਰਿਕਾਰਡਿੰਗ 'ਤੇ ਜਾ ਰਹੇ ਸਾਂ ਬੰਬੇ ਫੇਮਸ ਸਟੂਡੀਓ 'ਚ, ਕਿਉਂਕਿ ਦਿੱਲੀ ਸਟੂਡੀਓ ਨਾਲ ਮਿਲਿਆ, ਅਤੇ ਉਹ ਅਸੀਂ ਰਾਤ ਵਿੱਚ ਇੰਜੋਏ ਕਰਦੇ ਜੇ ਦੋਨੇ ਹਾਣੀ ਬਣੀ ਸਾਂ, ਅਤੇ ਉਹ ਕੁਛ ਦੇਰ ਮਗਰੋਂ ਮੈਨੂੰ ਕਹਿਣ ਲੱਗਾ, ਮੈਨੂੰ ਬਾਥਰੂਮ ਆਇਆ। ਮੈਂ ਕਿਹਾ ਕੋਈ ਗੱਲ ਨਹੀਂ, ਉਹ ਸਾਹਮਣੇ ਚੱਲ ਜਾ ਬਾਥਰੂਮ, ਮੈਂ ਜਾਇਆ। ਉਹ ਗਿਆ, ਜਦੋਂ ਮੁੜ ਕੇ ਆਇਆ ਤਾਂ ਸਾਰੀ ਪੈਂਟ ਲਪੇੜੀ। ਮੈਂ ਕਿਹਾ ਤੂੰ ਗਿਆ ਸੀ, ਕੀ ਹੋ ਗਿਆ, ਤੂੰ ਪਿਸ਼ਾਬ ਕਰਨਾ ਨਹੀਂ ਆਉਂਦਾ? ਉਹ ਕਹਿੰਦਾ ਨਹੀਂ ਜੀ, ਮੈਂ ਪਿਸ਼ਾਬ ਤਾਂ ਕਰਨ ਲੱਗਾ ਸਾਂ, ਪਰ ਗੱਲ ਇਹ ਹੈ ਵੀ ਸਾਹਮਣੇ ਹਿੰਦੀ 'ਚ ਲਿਖਿਆ ਸੀ, ਚਲਦੀ ਟ੍ਰੇਨ ਮੈਂ ਸਰੀਰ ਦਾ ਕੋਈ ਵੀ ਅੰਗ ਬਾਤ ਮਾਰ ਨਿਕਾਲੇ, ਤੂੰ ਮੈਂ ਤਾਂ ਕਹਿੰਦਾ ਫਿਰ ਵਿੱਚ ਹੀ ਕਰਿਆ। ਮੈਂ ਕਿਹਾ ਫਿਰ ਜ਼ਿਪ 'ਤੇ ਬੰਦ ਕਰ ਲੈ। ਕਹਿੰਦਾ ਜ਼ਿਪ ਨੂੰ ਕਿਉਂ, ਖਾਲੀ ਟਰੰਕ ਨੂੰ ਕੀ ਤਾਲਾ ਲਾਉਣਾ? ਤੋ ਇਸ ਤਰ੍ਹਾਂ ਮੈਂ ਆਪਣੇ ਘਰ ਨੂੰ ਕਦੇ ਤਾਲਾ ਕੀ ਲਾਉਣਾ? ਅੰਦਰ ਕੁਛ ਹੈ ਹੀ ਨਹੀਂ, ਜਾਂ ਕਿਸੇ ਨੇ ਛੱਡਿਆ ਨਹੀਂ, ਕਿਸੇ ਨੇ ਚੁੱਕਣਾ ਕੀ ਹੁਣ ਮੇਰੇ ਕੋਲੋਂ? ਇੱਕ ਗਲਾਸ ਵੀ ਹੈਗਾ, ਉਹ ਵੀ ਮੈਂ ਕਹਿੰਦਾ ਕੋਈ ਲੈ ਜਾਵੇ ਤਾਂ ਫਿਰ ਸਗੋਂ ਮੈਂ ਉਹ ਮੈਂ ਉਹਦੀ ਹੋਸਟਲ ਵਸਾਈ ਕਰਾਂ, ਵੀ ਉਹ ਵੀ ਲੈ ਜਾਵੇ ਤਾਂ ਮਨ ਚਿੰਤਾ ਨਾ ਰਹੇ। ਅਤੇ ਹੁਣ ਵੀ ਦਰਵਾਜ਼ੇ ਮੇਰੇ ਖੁੱਲ੍ਹੇ, ਫਕੀਰਾਂ ਦੇ ਦਰਵਾਜ਼ੇ ਖੁੱਲ੍ਹੇ ਹੀ ਰਹਿੰਦੇ। ਮੈਂ ਤੁਹਾਡੇ ਘਰ ਜਦੋਂ ਵੀ ਜਾਂਦਾ, ਉੱਥੇ ਉਰਦੂ ਦੇ ਵਿੱਚ ਹੁਣ ਲਿਖਿਆ ਹੁੰਦਾ, ਅੱਗੇ ਸਨਮੁਖ ਆਜ਼ਾਦ ਗੀਤਕਾਰ ਲਿਖਿਆ ਹੁੰਦਾ ਸੀ, ਹੁਣ ਮੁਖੇ ਸ਼ਾਹ ਕਾਦਰੀ ਲਿਖਿਆ ਹੁੰਦਾ, ਇਹ ਕਿਉਂ ਲਿਖਿਆ ਹੁੰਦਾ? ਮੁਖੇ ਸ਼ਾਹ ਕਾਦਰੀ, ਦੇਖੋ ਜੀ, ਮੇਰੇ ਬਚਪਨ ਤੋਂ ਨਾਂ ਹੈ ਮੁਖੇ ਸ਼ਾਹ, ਮੇਰੇ ਪੇੜ 'ਤੇ ਲਿਖਿਆ ਮੁਖੇ ਸ਼ਾਹ ਕਾਦਰੀ। ਮੈਂ 6 ਸਾਲ ਦੀ ਉਮਰ 'ਚ ਇੱਦਾਂ ਦਾ, ਕਿਉਂਕਿ ਮੈਂ ਲਿਖਿਆ ਮੇਰੇ ਟੇਢੇ ਦੇ ਉੱਤੇ ਲਿਖੇ। ਉਹ ਦਿਖਾਓ ਸਾਨੂੰ ਕਿੱਥੇ ਹੈ। ਉਹ ਦੇਖੋ ਜੀ, ਲਿਖਿਆ ਮੁਖੇ ਸ਼ਾਹ। ਕੋਈ ਧਾਗਾ ਤਵੀਤ ਵੀ ਕਰਦੇ ਹੋ? ਆਹ ਸਾਰਾ ਕੁਝ ਕਰਦਾ ਜੀ, ਮੈਂ ਜਾਣਦਾ, ਮੇਰੇ ਕੋਲ ਇਲਮ ਹੈ। ਆਹ ਦਿਖਾਇਆ ਉਸਨੂੰ ਕਿ ਅੱਛਾ, ਜਾਦੂ ਤੁਹਾਡੇ ਕੋਲ ਕਾਲਾ ਇਲਮ ਹੈ? ਮੈਂ ਜੀ ਮੁਸਲਮਾਨੀ ਇਲਮ ਜਾਣਦਾ, ਮੇਰੇ ਕੋਲ ਕਾਲਾ ਇਲਮ ਹੈ ਮੇਰੇ ਕੋਲ, ਇਹ ਮੈਨੂੰ 6 ਸਾਲ ਦੀ ਉਮਰ ਤੋਂ ਇਲਾਮ ਹੈ। ਇਹ ਬਾਕੀ ਮਣਕੇ ਵਾਲੀ ਸਰਕਾਰ ਸਾਨੂੰ ਤਾਂ ਕਹਿੰਦੇ, ਮੈਂ ਮਦੀਨੇ ਤੋਂ ਮਣਕੇ ਲੈ ਕੇ ਆਇਆ। ਅੱਛਾ, ਤੁਸੀਂ ਹੁਣ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਹੋਰ? ਮੈਂ ਕਈ ਕਹਿਣਾ, ਇਹ ਤੁਹਾਡੀ ਜਾਇਦਾਦ ਦਾ ਕੌਣ ਵਾਰਿਸ ਹੈ ਹੁਣ? ਜਿਹੜੀ ਜਾਇਦਾਦ ਦਾ ਕੀ ਸੀ, ਜਿਹੜੇ ਕਮਰੇ 'ਚ ਮੈਂ ਰਹਿੰਦਾ ਕੁਟੀਆ ਹੈ ਮੇਰੀ, ਉਹ ਵੀ ਮੈਂ ਆਪਣਾ ਮੋਹਨ ਸਿੰਘ ਮੈਮੋਰੀਅਲ ਵਾਰਡਨਸ਼ਿਪ ਮੈਂ ਦੇਤਾ, ਫਾਊਂਡਰ ਨੂੰ ਦੇਤਾ ਭਾਈ, ਇੱਥੇ ਲਾਇਬ੍ਰੇਰੀ ਬਣਾ ਦੇਣਾ। ਮੈਂ ਕੀ ਕਰਨਾ, ਮੈਂ ਇੱਥੇ ਸਿਕੰਦਰ ਵਰਗੇ ਨੀਰੇ ਤੇ ਆਪਾਂ ਕੀ ਲੈਣਾ, ਤਾਂ ਮੈਂ ਖੁਸ਼ ਇਸ ਵਿੱਚ। ਅੱਛਾ, ਹੁਣ ਆਪਣਾ ਮਨ ਪਸੰਦ ਦਾ ਕੋਈ ਗੀਤ ਗਾਓ। ਗੀਤ ਤਾਂ ਸੁਣਾਉਂਦਾ, ਮੈਂ ਖੁਸ਼ ਇਸ ਵਾਸਤੇ ਹਾਂ ਕਿ ਮੌਤ ਮੇਰੇ ਕੋਲ ਡਰਦੀ ਹੈ। ਉਹ ਕਿਉਂ ਬਾਈ? ਮੌਤ ਮੇਰੇ ਕੋਲ ਡਰਦੀ ਹੈ, ਉਹ ਕਹਿੰਦੀ ਜੋ ਬਾਈ ਇਹਦੇ ਕੋਲ ਡਰ ਲੱਗਦਾ, ਕਿਉਂਕਿ ਉੱਤੇ ਥਾਂ ਹੈ ਨਹੀਂ, ਮੇਰੇ ਕੋਲ ਟਾਈਮ ਹੈ ਨਹੀਂ। ਹੋਰ ਕੋਈ ਗੱਲ ਕਹਿਣਾ ਚਾਹੁੰਦੇ ਹੋ? ਬਸ ਇਹ ਕਹਿਣਾ ਵੀ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਸਟਰਗਲ ਕਰਨੀ ਚਾਹੀਦੀ ਹੈ, ਹੌਸਲਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਸਰੀਰ ਤਾਂ ਆਖਰ ਛੱਡਣਾ ਹੀ ਹੈ, ਪਰ ਹੌਸਲਾ ਨਹੀਂ ਛੱਡਣਾ ਚਾਹੀਦਾ। ਬੰਦੇ ਦੀ ਦ੍ਰਿੜਤਾ ਕਾਮਯਾਬ ਹੈ, ਮੇਰੀ ਦ੍ਰਿੜਤਾ ਕਾਮਯਾਬ ਹੈ, ਮੈਂ ਲਿਖਦਾ ਰੋਜ਼ ਹਾਂ, ਮੇਰੇ ਸਾਥੀ ਹੈ, ਮੇਰੀ ਕਲਮ ਮੇਰਾ ਸਾਥ ਦੇ ਰਹੀ ਹੈ, ਪਤਾ ਨਹੀਂ ਕਿਹੜੇ ਵੇਲੇ ਲਿਖਣਾ ਸ਼ੁਰੂ ਕਰਦੀ ਹੈ। ਔਰ ਇਹ ਨਵੇਂ ਗੀਤਾਂ 'ਚੋਂ ਅੱਜ ਕੱਲ੍ਹ ਕੋਈ, ਕਿਉਂਕਿ ਮੈਂ ਸਿਆਲਕੋਟ ਝੰਗ ਦੇਖਿਆ ਹੈਗਾ ਸਾਰਾ, ਮੈਂ ਤਖ਼ਤ ਹਜ਼ਾਰਾ ਵੀ ਦੇਖਿਆ, ਮੈਂ ਉਹਦੇ ਬਾਰੇ 'ਚ ਮੈਂ ਲਿਖਿਆ, ਮੈਂ ਆਸ਼ਕ ਗਲੀਆਂ ਦਾ ਤਕਦੀਰ ਦਾ ਮਾਰਾ ਹਾਂ, ਤੂੰ ਸੁੱਚਾ ਮੋਤੀ ਹੈ ਮੈਂ ਤਖ਼ਤ ਹਜ਼ਾਰਾ ਹਾਂ, ਤੂੰ ਸੁੱਚਾ ਮੋਤੀ ਹੈ ਮੈਂ ਅਥਰੂ ਖਾਰਾ ਹਾਂ, ਮਾੜੀ ਤਕਦੀਰ ਮੇਰੀ ਮੈਂ ਥਰੁਸ ਗਈ ਹੀਰ ਮੇਰੀ, ਤੂੰ ਹੀਰ ਸਿਆਲਾਂ ਦੀ ਮੈਂ ਤਖ਼ਤ ਹਜ਼ਾਰਾ ਹਾਂ। ਫਿਰ ਹੀਰ ਨੂੰ ਰਾਂਝੇ ਵੱਲੋਂ ਕਿਹਾ ਗਿਆ, ਹੀਰੇ ਰੰਗਪੁਰ ਨਹੀਂ ਤੇਰੇ ਰੰਗ ਵਰਗਾ, ਹੀਰੇ ਰੰਗਪੁਰ ਨਹੀਂ ਤੇਰੇ ਰੰਗ ਵਰਗਾ, ਸ਼ਹਿਰ ਵੇਖੇ ਨਹੀਂ ਹੀਰੇ ਤੇਰੇ ਚੰਗ ਵਰਗਾ। ਵਾਹ 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 ਵਾਹ। ਅੱਛਾ, ਇਹ ਮੈਨੂੰ ਪਤਾ ਲੱਗਿਆ ਕਿ ਅੱਜ ਕੱਲ੍ਹ ਤੁਸੀਂ ਧਾਰਮਿਕ ਕਵੀ ਦਰਬਾਰਾਂ ਦੇ ਉੱਤੇ ਅਤੇ ਸਮਾਰੋਹਾਂ 'ਤੇ ਜਾਂਦੇ ਹੋ, ਉੱਥੇ ਕਿਹੜਾ ਗੀਤ ਗਾਉਂਦੇ ਹੁੰਦੇ ਹੋ ਧਾਰਮਿਕ? ਮੈਂ ਪਹਿਲੇ ਤਲਵਾਰ ਮੈਂ ਕਲਗੀ ਧਰਦੀਆਂ ਲਿਖੀਆਂ, ਹੁਣ ਮੈਂ ਜੁਝਾਰ ਦੀ ਤਲਵਾਰ ਲਿਖੀ। ਉਹ ਸੁਣਾਓ ਜ਼ਰਾ ਸਾਨੂੰ ਕਿ ਜੁਝਾਰ ਗੁਰੂ ਸਾਹਿਬ ਦੇ ਦੂਸਰੇ ਸਾਹਿਬਜ਼ਾਦੇ ਵੱਡੇ ਅਜੀਤ ਸਨ, ਛੋਟੇ ਜੁਝਾਰ ਜੀ ਸਨ, ਜੁਝਾਰ ਭਾਈ ਜੈ ਸਿੰਘ ਦੇ ਸ਼ਾਗਿਰਦ ਕਰ ਦਿੱਤੇ ਸਨ, ਕਿਉਂਕਿ ਉਹ ਬੜੇ ਤਗੜੇ ਨੇਜ਼ਾਬਾਜ਼ੀ ਦੇ ਸਨ, ਮਾਹਰ ਸੀ। ਮਾਹਰ ਸੀ ਉਹ, ਜਿਸ ਵੇਲੇ ਉਹਨਾਂ ਨੇ ਸੀਸ ਮੰਗਿਆ, ਉਹ ਕਹਿਣ ਲੱਗੇ ਜੀ ਮੇਰੇ ਇੱਕ ਸੀਸ ਹੈ, ਮੇਰੇ ਪਾਤਸ਼ਾਹ ਅਗਰ 1000 ਹੁੰਦੇ ਮੈਂ 1000 ਵੀ ਵਾਰ ਦਿੰਦਾ। ਕਹਿਣ ਲੱਗਾ ਤੂੰ ਆਇਆ ਕਿੱਥੋਂ? ਕਹਿਣ ਲੱਗਾ ਜੀ ਮੈਂ ਲਾਹੌਰੋਂ ਆਇਆ, ਮੇਰਾ ਨਾਂ ਦਿਆ ਰਾਮ ਹੈ। ਕਹਿੰਦਾ ਲਾਹੌਰ ਦੇ ਦਿਲ ਵਿੱਚ ਅਜੇ ਦਿਆ ਹੈ? ਕਹਿੰਦਾ ਨਹੀਂ ਜੀ, ਮੈਂ ਤਾਂ ਬਸ ਤੁਹਾਡਾ ਦਾਸ ਹਾਂ, ਮੈਂ ਇਹ ਦੇਖਣਾ ਸੀ ਵੀ ਦਸ ਦੁਸ਼ਦਮਨ ਅਵਤਾਰ, ਨਾਲੇ ਮੈਂ ਤੁਹਾਡਾ ਰਿਸ਼ਤੇਦਾਰ ਲੱਗਣਾ।
ਕਣਕ ਰਿਸ਼ਤੇਦਾਰੀ ਕਾਹਦੀ ਹੈ? ਕਹਿਣ ਲੱਗਾ ਗੱਲ ਹੈ ਜੀ, ਮੈਂ ਜਿੱਥੇ ਮਾਤਾ ਸਾਹਿਬ ਦੇ ਰਹਿੰਦੇ ਹਨ, ਮੈਂ ਉਸੇ ਮੁਹੱਲੇ ਦੇ ਚੂਨਾ ਕਰਦਾ ਮੁਹੱਲੇ, ਉੱਥੋਂ ਮੈਂ ਲਾਉਣਾ, ਉਸੇ ਮੁਹੱਲੇ ਦੇ ਰਹਿਣ ਵਾਲਾ। ਅਤੇ ਉਹ ਜਦੋਂ ਨਿਕਲੇ ਚਮਕੌਰ ਦੀ ਗੜੀ 'ਚੋਂ, ਭਾਈ ਜੇ ਸਿੰਘ ਨਾਲ ਸੀਗਾ, ਉਦੋਂ ਤਾੜੀ ਮਾਰ ਕੇ ਨਿਕਲੇ, ਉੱਤੇ ਕਲਗੀ ਗਦਾ ਰੱਖ ਦਿੱਤੀ ਭਾਈ ਸੰਗਤ ਜੀ ਦੇ ਸੀਸ 'ਤੇ, ਨਿਕਲੇ ਅਤੇ ਅੱਗੇ ਜੁਝਾਰ ਸ਼ਹੀਦ ਹੋਇਆ ਪਿਆ ਸੀ। ਉਹ ਘੋੜੇ ਤੋਂ ਉੱਤਰ ਕੇ ਭਾਈ ਦਇਆ ਸਿੰਘ ਲਾਸ਼ ਕੋਲ, ਕਿਉਂਕਿ ਉਹਨਾਂ ਦੇ ਸ਼ਾਗਿਰਦ ਸੀ ਉਹ, ਰੋਣ ਲੱਗ ਪਿਆ। ਅਤੇ ਗੁਰੂ ਦਾ ਪਾਤਸ਼ਾਹ ਨੇ ਗੁੱਸੇ 'ਚ ਕਿਹਾ, ਉਹ ਭਾਈ ਦਇਆ ਸਿੰਘ ਕੀ ਕਰ ਰਹੇ, ਮੇਰੇ ਪੁੱਤਰ ਦੇ ਗੀਤੀ ਕਰਾਈ 'ਤੇ ਪਾਣੀ ਫੇਰ ਰਹੇ ਹੈ? ਸਿਰ ਮੁੜ ਕੇ ਪਿੱਛੇ ਨੂੰ ਘੂਰ ਕੇ ਵੇਖਿਆ, ਕਹਿੰਦਾ ਇਹ ਕੀ ਕਰ ਰਿਹਾ ਤੂੰ? ਕਹਿੰਦਾ ਮੇਰੇ ਪਾਤਸ਼ਾਹ, ਮੇਰੇ ਸਾਹਿਬਾ, ਮੈਂ ਤਾਂ ਨਹੀਂ ਰੋ ਰਿਹਾ, ਮੈਂ ਤਾਂ ਰੋ ਰਿਹਾ, ਅਗਲੇ ਕਿਹੜੇ ਪੜਾਅ 'ਤੇ ਮਿਲੇਗਾ? ਕੁਝ ਦਾਓ ਪੇਚ ਮੇਰੇ ਅੰਦਰ ਰਹਿ ਗਏ ਸੀ, ਜੇ ਮੈਂ ਉਹ ਵੀ ਤੈਨੂੰ ਸਿਖਾ ਦਿੰਦਾ ਤਾਂ ਤੂੰ ਕਦੀ ਸ਼ਹੀਦ ਨਾ ਆਉਂਦਾ। ਬੋਲ ਸੁਣਾਓ ਕੀ ਸੀ? ਬੋਲ ਉਹ ਜਦੋਂ ਉਹਨੂੰ ਲਾਸ਼ ਦੇ ਟੁਕੜੇ ਹੋਏ ਪਏ ਸਨ, ਅਤੇ ਭਾਈ ਦਇਆ ਸਿੰਘ ਹੱਥ ਬੰਨ ਅਰਜ਼ ਕੀਤੀ, ਭਾਈ ਦਇਆ ਸਿੰਘ ਹੱਥ ਬੰਨ ਅਰਜ਼ ਕੀਤੀ, ਮੇਰੇ ਪਾਤਸ਼ਾਹ ਪੁੱਤ ਨੂੰ ਪਿਆਰ ਦਿਓ, ਇਹਦੀ ਮਿੱਟੀ ਵਿੱਚ ਕਲਗੀ ਲਿਬੜ ਗਈ ਹੈ, ਕੇਸ ਬਣ ਕੇ ਬੰਨ ਦਸਤਾਰ ਦਿਓ। ਤਾਂ ਉੱਥੋਂ ਮੇਰੀ ਸ਼ੁਰੂ ਹੁੰਦੀ ਹੈ ਕਵਿਤਾ। ਅੱਖ ਅੰਨੀ ਹੋ ਗਈ ਜ਼ਾਲਮ ਮੁਗਲ ਸਰਕਾਰ ਦੀ, ਲਿਸ਼ਕੀ ਜਦੋਂ ਮੈਦਾਨ ਵਿੱਚ ਤਲਵਾਰ ਸੀ ਜੁਝਾਰ ਦੀ, ਛੀਣੀ ਦਾ ਜਾਇਆ ਲਾਡਲਾ ਲੋਥਾਂ ਦੇ ਉੱਤੇ ਤਰ ਗਿਆ, ਤੱਕੇ ਬਹਾਦਰੀ ਉਸ ਦੀ ਵੈਰੀ ਸ਼ਰਮ ਨਾਲ ਮਰ ਗਿਆ, ਜਵੇਂਦੇ ਸੀ ਚੌਧੀ ਪਾਤਸ਼ਾਹ, ਤਾਕਤ ਸੋਹਣੇ ਦੁਲਾਰ ਦੀ, ਲਿਸ਼ਕੀ ਜਦੋਂ ਮੈਦਾਨ ਵਿੱਚ ਤਲਵਾਰ ਸੀ ਜੁਝਾਰ ਦੀ। ਇੱਕ ਖਾਸ ਸ਼ੇਰ ਹੈ ਜਿਹਦੇ ਵਿੱਚ ਲਖਤੇ ਜਿਗਰ ਦਸਮੇਸ਼ ਦਾ, ਮੁੜ ਕੇ ਪਿਆਸਾ ਆ ਗਿਆ, ਕਈਆਂ ਦੇ ਖੋਪਰ ਪੀ ਗਿਆ, ਕਈਆਂ ਦੇ ਸੀਨੇ ਖਾ ਗਿਆ, ਧਰਤੀ ਪਿਆਸੀ ਖੂਨ ਦੀ, ਪੀ ਪੀ ਕੇ ਸੀਨਾ ਠਾਰਦੀ, ਲਿਸ਼ਕੀ ਜਦੋਂ ਮੈਦਾਨ ਵਿੱਚ ਤਲਵਾਰ। ਸਰਦਾਰ ਸਾਹਿਬ ਤੁਹਾਡਾ ਬਹੁਤ